ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਕਲਾਸ ਵਿੱਚ ਮੈਂ ਐਗਲੋ ਸਿੱਖ ਯੁੱਧ ਨਾਲ ਰਿਲੇਟਡ ਕੁਐਸਚਨ ਤੁਹਾਨੂੰ ਕਰਵਾਉਂਗਾ ਹਰੇਕ ਪੇਪਰ ਵਿੱਚ ਇਸ ਟੌਪਿਕ ਵਿੱਚੋਂ ਕੋਈ ਨਾ ਕੋਈ ਕੁਐਸਚਨ ਦੇਖਣ ਨੂੰ ਮਿਲਦਾ ਹੈ ਪੰਜਾਬ ਹਿਸਟਰੀ ਦਾ ਇਹ ਟੌਪਿਕ ਹੈ ਤੁਸੀਂ ਚਾਹੇ ਪੰਜਾਬੀ ਦਾ ਪੇਪਰ ਦੇਣਾ ਹੈ ਪੰਜਾਬੀ ਦੇ ਪੇਪਰ ਵਿੱਚ ਵੀ ਹਿਸਟਰੀ ਨਾਲ ਰਿਲੇਟਡ ਕੁਐਸਚਨ ਪੁੱਛੇ ਜਾਣੇ ਆ ਬਾਕੀ ਤੁਹਾਡੇ ਜੋ ਹੋਰ ਪੇਪਰ ਹੋਣੇ ਆ ਜਿਵੇਂ ਕਿ ਕੌਨਸਟੇਬਲ ਪਟਵਾਰੀ ਕਲਰਕ ਉਹਨਾਂ ਵਿੱਚੋਂ ਵੀ ਇਸ ਟੌਪਿਕ ਵਿੱਚੋਂ ਕੋਈ ਨਾ ਕੋਈ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈ ਠੀਕ ਹੈ ਤੇ ਪੰਜਾਬੀ ਦੇ ਪੇਪਰ ਦੇ ਮੈਂ 10 ਮੌਕ ਟੈਸਟ ਵੀ ਤਿਆਰ ਕੀਤੇ ਆ ਇੱਕ ਮੈਂ ਕੰਬੋ ਬਣਾਇਆ ਹੈ ਅਲੱਗ-ਅਲੱਗ ਪੇਪਰਾਂ ਦੇ ਨਾਲ ਕੌਨਸਟੇਬਲ ਦੇ ਆ ਪੂਰਾ ਡਾਟਾ ਬਣਾਇਆ ਹੈ ਜੇ ਤੁਸੀਂ ਉਹ ਲੈਣਾ ਚਾਹੁੰਦੇ ਹੋ ਤਾਂ ਜਾਣਕਾਰੀ ਮੇਰੇ ਨੰਬਰ ਦੇ ਉੱਤੇ ਮੈਂ ਸੀ ਕਰਕੇ ਲੈ ਸਕਦੇ ਆ ਨੰਬਰ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਆ ਰਿਹਾ ਹੈ WhatsApp ਦੇ ਉੱਤੇ ਮੈਸੇਜ ਕਰ ਲਿਓ ਚਲੋ ਆਪਾਂ ਅੱਜ ਦੀ ਇਸ ਕਲਾਸ ਨੂੰ ਸ਼ੁਰੂ ਕਰਦੇ ਆ ਠੀਕ ਹੈ ਪਹਿਲਾਂ ਥੋੜੀ ਜਿਹੀ ਮੈਂ ਥਿਊਰੀ ਪੜ੍ਹਾਉਂਗਾ ਤੁਹਾਨੂੰ ਉਸ ਤੋਂ ਬਾਅਦ MCQ ਠੀਕ ਹੈ ਪਹਿਲੀ ਐਗਲੋ ਸਿੱਖ ਜਾਗ ਸਿੱਖ ਰਾਜ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ ਹੋਈ ਸੀ ਠੀਕ ਹੈ ਪਹਿਲੀ ਐਗਲੋ ਸਿੱਖ ਜੰਗ ਸਿੱਖ ਰਾਜ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ ਹੋਈ 1845 ਅਤੇ 46 ਦੇ ਵਿੱਚ ਇਹ ਲੜਾਈ ਲੜੀ ਗਈ ਸੀ ਠੀਕ ਹੈ ਜਿਸ ਦੇ ਨਤੀਜੇ ਵਜੋਂ ਅੰਸ਼ਿਕ ਤੌਰ ਤੇ ਸਿੱਖ ਰਾਜ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਸੀ ਪਹਿਲੀ ਐਗਲੋ ਸਿੱਖ ਜੰਗ ਦੇ ਨਾਲ ਸਿੱਖ ਰਾਜ ਜਿਹੜਾ ਉਹ ਕੁਝ ਹੱਦ ਤੱਕ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਸੀ ਪੂਰਾ ਨਹੀਂ ਸੀ ਹੋਇਆ ਕੁਝ ਹੱਦ ਤੱਕ ਹੋ ਗਿਆ ਸੀ ਦੂਜੀ ਐਗਲੋ ਸਿੱਖ ਜੰਗ ਇਹ ਵੀ ਸਿੱਖ ਰਾਜ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ 1800 48 ਅਤੇ 1849 ਦੇ ਵਿੱਚ ਲੜੀ ਗਈ ਠੀਕ ਹੈ ਜਿਸ ਨੂੰ ਹਾਰ ਜਾਣ ਕਾਰਨ ਸਿੱਖ ਰਾਜ ਦੀ ਸਮਾਪਤੀ ਹੋ ਗਈ ਸੀ ਇਸ ਜੰਗ ਦੇ ਵਿੱਚ ਸਿੱਖਾਂ ਦੀ ਹਾਰ ਹੋਈ ਜਿਸ ਕਾਰਨ ਸਿੱਖ ਰਾਜ ਦੀ ਸਮਾਪਤੀ ਵੀ ਹੋ ਗਈ ਸੀ ਇਸ ਤੋਂ ਬਾਅਦ ਪੰਜਾਬ ਉੱਤਰੀ ਪੱਛਮੀ ਸਰਹੱਦੀ ਸੂਬਾ ਅਤੇ ਕਸ਼ਮੀਰ ਅੰਗਰੇਜ਼ਾਂ ਨੇ ਆਪਣੇ ਨਾਲ ਮਿਲਾ ਲਏ ਠੀਕ ਹੈ ਚਲੋ ਹੁਣ ਆਪਾਂ ਕਰਦੇ ਆ ਐਮਸੀਕਿਊਜ਼ ਪਹਿਲੀ ਸਿੱਖ ਐਗਲੋ ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਪਹਿਲੀ ਐਗਲੋ ਸਿੱਖ ਜੰਗ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਇਹ ਕੁਐਸਚਨ ਪੇਪਰਾਂ ਵਿੱਚ ਆਉਂਦਾ ਹੈ ਕਾਫੀ ਸਹੀ ਉੱਤਰ ਹੋ ਜੂਗਾ ਲਾਰਡ ਹਾਰਡਿੰਗ ਆਪਸ਼ਨ ਡੀ ਨੈਕਸਟ ਕੁਐਸਚਨ ਪਹਿਲੇ ਐਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਸੀ ਕਿਹੜੀ ਸੀ ਪਹਿਲੀ ਲੜਾਈ ਸਹੀ ਉੱਤਰ ਹੋ ਜੂਗਾ ਮੁਦਕੀ ਦੀ ਲੜਾਈ ਪਹਿਲੀ ਲੜਾਈ ਸੀ ਪਹਿਲੇ ਐਗਲੋ ਸਿੱਖ ਯੁੱਧ ਦੀ ਅਤੇ ਆਖਰੀ ਲੜਾਈ ਕਿਹੜੀ ਸੀ ਸਭਰਾਉਂ ਦੀ ਲੜਾਈ ਇਹ ਆਖਰੀ ਲੜਾਈ ਸੀ ਪਹਿਲੀ ਲੜਾਈ ਸੀ ਮੁਦਕੀ ਦੀ ਲੜਾਈ ਠੀਕ ਹੈ ਨੈਕਸਟ ਕੁਐਸਚਨ ਹੈ ਦੂਜੇ ਐਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਸੀ ਹੁਣ ਦੂਜੇ ਅਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਪੁੱਛਿਆ ਹੈ ਸਹੀ ਉੱਤਰ ਹੋ ਜੂਗਾ ਰਾਮਨਗਰ ਦੀ ਲੜਾਈ ਠੀਕ ਹੈ ਅਤੇ ਆਖਰੀ ਲੜਾਈ ਗੁਜਰਾਤ ਦੀ ਲੜਾਈ ਦੂਜੇ ਅਗਲੋ ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਲਾਰਡ ਡਲਹੌਜੀ ਲਾਰਡ ਡਲਹੌਜੀ ਸਹੀ ਆਨਸਰ ਹੋ ਜੂਗਾ ਪਹਿਲੇ ਅਗਲੋ ਸਿੱਖ ਯੁੱਧ ਵਿੱਚ ਸਿੱਖਾਂ ਨੂੰ ਕਿਹੜੀ ਲੜਾਈ ਵਿੱਚ ਜਿੱਤ ਪ੍ਰਾਪਤ ਹੋਈ ਸਹੀ ਉੱਤਰ ਹੋ ਜੂਗਾ ਬੱਦੋਵਾਲ ਦੀ ਲੜਾਈ ਅਤੇ ਫਿਰੋਜ਼ਪੁਰ ਦੀ ਲੜਾਈ ਏ ਅਤੇ ਬੀ ਦੋਨੋਂ ਲੜਾਈਆਂ ਦੇ ਵਿੱਚ ਸਿੱਖਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਪਹਿਲੇ ਅਗਲੋ ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਦਾ ਮੁੱਖ ਕਾਰਨ ਕੀ ਸੀ ਸਿੱਖ ਨੇਤਾਵਾਂ ਦੀ ਗਦਾਰੀ ਕਾਰਨ ਇਹ ਯੁੱਧ ਸਿੱਖ ਹਾਰੇ ਸਨ ਪਹਿਲੇ ਅਗਲੋ ਸਿੱਖ ਯੁੱਧ ਦੇ ਸਿੱਟੇ ਵਜੋਂ ਦੋਨਾਂ ਸ਼ਕਤੀਆਂ ਵਿਚਕਾਰ ਕਿਹੜੀ ਸੰਧੀ ਹੋਈ ਲਾਹੌਰ ਦੀ ਸੰਧੀ ਹੋਈ ਸੀ ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਕਾਰ ਦੂਜੇ ਅਗਲੋ ਸਿੱਖ ਯੁੱਧ ਦੀਆਂ ਲੜਾਈਆਂ ਵਿੱਚ ਸਿੱਖਾਂ ਸਿੱਖ ਕਿਹੜੀ ਲੜਾਈ ਵਿੱਚ ਜੇਤੂ ਰਹੇ ਸਨ ਦੂਜੇ ਅਗਲੋ ਯੁੱਧਧਰਾਨ ਕਿਹੜੀ ਲੜਾਈ ਵਿੱਚ ਜੇਤੂ ਰਹੇ ਸਨ ਚਿੱਲਿਆਂ ਵਾਲਾ ਦੀ ਲੜਾਈ ਦੇ ਵਿੱਚ ਦੂਜੇ ਐਗਲੋ ਸਿੱਖ ਯੁੱਧ ਦੀਆਂ ਲੜਾਈਆਂ ਵਿੱਚੋਂ ਕਿਹੜੀ ਤੋਂਪਾਂ ਦੀ ਲੜਾਈ ਦੇ ਨਾਲ-ਨਾਲ ਜਾਣੀ ਜਾਂਦੀ ਹੈ ਤੋਂਪਾਂ ਦੀ ਲੜਾਈ ਕਾਫੀ ਇੰਪੋਰਟੈਂਟ ਕੁਐਸਚਨ ਹੈ ਗੁਜਰਾਤ ਦੀ ਲੜਾਈ ਨੂੰ ਤੋਂਪਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ ਦੂਜੇ ਐਗਲੋ ਸਿੱਖ ਯੁੱਧ ਦੀਆਂ ਲੜਾਈਆਂ ਦਾ ਸਹੀ ਕ੍ਰਮ ਕੀ ਸੀ ਸਹੀ ਕ੍ਰਮ ਦੱਸਣਾ ਹੈ ਨਾ ਲੜਾਈਆਂ ਦਾ ਇਸ ਦਾ ਸਹੀ ਉੱਤਰ ਹੋ ਜੂਗਾ ਆਪਸ਼ਨ ਬੀ ਠੀਕ ਹੈ ਆਪਸ਼ਨ ਬੀ ਰਾਈਟ ਆਨਸਰ ਹੋ ਜੂਗਾ ਦੂਜੇ ਅਗਲੋ ਸਿੱਖ ਯੁੱਧ ਵਿੱਚ ਕਿਹੜੇ ਅੰਗਰੇਜ਼ ਅਧਿਕਾਰੀ ਨੇ ਅੰਗਰੇਜ਼ ਸੈਨਾ ਦੀ ਯੋਗ ਅਗਵਾਈ ਕੀਤੀ ਲਾਰਡ ਹਿਊਂਗ ਠੀਕ ਹੈ ਲਾਰਡ ਹਿਊਂਗ ਨੇ ਅੰਗਰੇਜ਼ੀ ਸੈਨਾ ਦੀ ਅਗਵਾਈ ਕੀਤੀ ਸੋ ਕਾਫੀ ਕਾਫੀ ਇੰਪੋਰਟੈਂਟ ਟਾਪਿਕ ਆ ਇਹ ਠੀਕ ਹੈ ਇਸੇ ਤਰ੍ਹਾਂ ਤੁਹਾਡੀ ਤਿਆਰੀ ਚੱਲ ਰਹੀ ਹੈ ਪੰਜਾਬੀ ਦੇ ਜੋ ਤੁਹਾਡਾ ਪੇਪਰ ਹੋਣਾ ਹੈ ਉਸ ਦੀ ਮੈਂ ਪਲੇ ਲਿਸਟ ਬਣਾਈ ਹੋਈ ਹੈ ਉੱਥੇ ਜਾ ਕੇ ਸਾਰੀਆਂ ਵੀਡੀਓਜ਼ ਤੁਸੀਂ ਦੇਖ ਸਕਦੇ ਆ ਤੇ ਮੌਕ ਟੈਸਟ ਜਿਨ੍ਹਾਂ ਨੂੰ ਵੀ ਚਾਹੀਦੇ ਆ ਇਸ ਪੰਜਾਬੀ ਦੇ ਪੇਪਰ ਦੇ ਤਾਂ ਮੈਨੂੰ ਮੈਸੇਜ ਕਰ ਲਓ ਮੇਰੇ ਨੰਬਰ ਦੇ ਉੱਤੇ ਧੰਨਵਾਦ